ਸੋ ਪੰਜਾਬ ਵਿਧਾਨ ਸਭਾ 'ਚ ਤਾਂ ਕੱਲ੍ਹ ਬਿੱਲ ਲਿਆਂਦੇ ਜਾ ਰਿਹਾ ਪਰ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਸਤਲੁਜ ਜਮਣਾ ਲਿੰਕ ਨਹਿਰ ਨੂੰ ਬੰਦ ਕਰਨ ਲਈ ਜ਼ਮੀਨਾਂ ਕਿਸਾਨਾਂ ਨੂੰ ਵਾਪਸ ਲੈਣ ਦਾ ਬਿੱਲ ਵਿਧਾਨ ਸਭਾ 'ਚ ਲਿਆਂਦਾ ਜਾਣਾ ਹੈ ਤਾਂ ਉੱਥੇ ਹੀ ਪੰਜਾਬ ਸਰਕਾਰ ਦੇ ਇਸ ਫੈਸਲੇ ਦੇ ਨਾਲ ਹਰਿਆਣਾ ਦੀ ਸਿਆਸਤ 'ਚ ਹਲਚਲ ਸ਼ੁਰੂ ਹੋ ਗਈ ਹੈ ਹਰਿਆਣਾ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਅਤੇ ਲੀਡਰਾਂ ਵੱਲੋਂ ਮੁੱਖ ਮੰਤਰੀ ਖੱਟਰ ਦੀ ਅਗਵਾਈ 'ਚ ਰਾਜਪਾਲ ਨੂੰ ਮੰਗ ਪੱਤਰ ਦਿੱਤਾ ਗਿਆ ਕਿ ਉਹ ਪੰਜਾਬ ਸਰਕਾਰ ਨੂੰ ਇਹ ਫੈਸਲਾ ਰੋਕਣ ਲਈ ਯੋਗ ਕਦਮ ਚੁੱਕਣ ਪੰਜਾਬ ਸਰਕਾਰ ਵੱਲੋਂ ਸਤਲੁਜ ਜਮਣਾ ਲਿੰਕ ਨਹਿਰ ਦੀ ਜ਼ਮੀਨ ਕਿਸਾਨਾਂ ਨੂੰ ਵਾਪਸ ਕਰ ਦੇਣ ਦਾ ਬਿੱਲ ਵਿਧਾਨ ਸਭਾ 'ਚ ਪੇਸ਼ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਹਰਿਆਣਾ ਦੀ ਸਿਆਸਤ ਵਿੱਚ ਉਬਾਲ ਆਉਂਦਾ ਦਿਖਾਈ ਦੇ ਰਿਹਾ ਹੈ ਇਸ ਦੇ ਬਾਅਦ ਹਰਿਆਣਾ ਦੇ ਰਾਜਨੀਤੀਵਾਨਾਂ ਵੱਲੋਂ ਸਰਬ ਪਾਰਟੀ ਮੀਟਿੰਗ ਕਰਕੇ ਪੰਜਾਬ ਹਰਿਆਣਾ ਦੇ ਰਾਜਪਾਲ ਕਪਤਾਨ ਸਿੰਘ ਸੋਲੰਕੀ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਚਾਰਜੋਈ ਕੀਤੀ ਗਈ ਕਿ ਰਾਜਪਾਲ ਵੱਲੋਂ ਪੰਜਾਬ ਸਰਕਾਰ ਨੂੰ ਇਹ ਕਦਮ ਚੁੱਕਣ ਤੋਂ ਰੋਕਿਆ ਜਾਵੇ ਰਾਜਪਾਲ ਸੋਲੰਕੀ ਨੂੰ ਮੰਗ ਪੱਤਰ ਦੇਣ ਲਈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਐਨਐਲਓ ਦੇ ਲੀਡਰ ਅਭੈ ਚੌਟਾਲਾ ਅਤੇ ਹਜਕਾ ਮੁਖੀ ਕੁਲਦੀਪ ਬਿਸ਼ਨੋਈ ਦੇ ਨਾਲ ਨਾਲ ਹਰਿਆਣਾ ਦੇ ਕਈ ਮੰਤਰੀ ਰਾਜਪਾਲ ਦੇ ਦਰਬਾਰ ਪਹੁੰਚੇ ਅਤੇ ਇਸ ਫੈਸਲੇ ਨੂੰ ਸੰਵਿਧਾਨਿਕ ਤਰੀਕੇ ਨਾਲ ਲਾਗੂ ਕਰਵਾਉਣ ਦੀ ਮੰਗ ਕੀਤੀ ਪੰਜਾਬ ਕੀ ਤਰਫ ਸੇ ਕੋਈ ਵੀ ਐਸਾ ਅਗਰ ਵੀ ਲਾਏ ਤਾਂ ਆਪ ਇਸ ਬਿੱਲ ਪੇ ਲੀਗਲੀ ਓਪੀਨੀਅਨ ਜ਼ਰੂਰ ਲੇ ਔਰ ਬਿਨਾ ਲੀਗਲ ਕੋਈ ਓਪੀਨੀਅਨ ਲੀਏ ਬਿਨਾ ਉਸ ਬਿੱਲ ਕੋ ਪਾਸ ਨਾ ਕਰਵਾਏ ਕਿਉਂਕਿ ਇਹ ਹਰਿਆਣਾ ਸੇ ਜੁੜਾ ਹੋਇਆ ਮਾਮਲਾ ਹੈ ਇਹ ਹਰਿਆਣਾ ਕੀ ਜੀਵਨ ਰੇਖਾ ਹੈ ਅਗਰ ਇਹ ਪਾਣੀ ਹਮਾਰਾ ਹਮੇ ਨਹੀਂ ਮਿਲਾ ਤੋ ਫਿਰ ਮਾਨ ਕਰਕੇ ਚਲੋ ਹਰਿਆਣਾ ਪ੍ਰਦੇਸ਼ ਕੇ ਲੋਕੋ ਕੇ ਸਾਹਮਣੇ ਇੱਕ ਬਹੁਤ ਬੜੀ ਸਮੱਸਿਆ ਖੜੀ ਹੋ ਜਾਏਗੀ ਇਸ ਲਈ ਉਹਨੇ ਆਸ਼ਵਸਤ ਕੀਆ ਹੈ ਕਿ ਮੇਰੇ ਪਾਸ ਇਸ ਤਰ੍ਹਾਂ ਕਾ ਕੋਈ ਵੀ ਬਿੱਲ ਆਏਗਾ ਮੈਂ ਉਸਕੇ ਲੀਗਲ ਓਪੀਨੀਅਨ ਲੈਣੇ ਕੇ ਬਾਅਦ ਹੀ ਉਸ ਪਰ ਕੋਈ ਫੈਸਲਾ ਕਰੂੰਗਾ ਲੜਾਈ ਅੱਜ ਸਭ ਸੇ ਬੇਅੰਤ ਖਤਰਾ ਹੈ ਮੈਂ SYL ਕਾ ਪੰਜਾਬ ਸਰਕਾਰ ਮਿਲ ਕਰਕੇ ਜਿਸ ਤਰੀਕੇ ਸੇ ਉਹ ਅਵਾਰਡ ਰੱਦ ਕਰ ਰਹੀ ਹੈ ਸੰਘੀਏ ਢਾਂਚੇ ਕਾ ਅਪਮਾਨ ਹੈ ਤੋ ਸੰਘੀਏ ਢਾਂਚੇ ਕਾ ਜਾ ਅਪਮਾਨ ਹੈ ਤੋ ਭਾਰਤ ਸਰਕਾਰ ਨੇ ਤਤਕਾਲ ਪੰਜਾਬ ਸਰਕਾਰ ਜਾਂ ਤੋ ਆਪਣਾ ਉਹ ਜੋ ਪਾਸ ਕੇ ਆਰਡੀਨੈਂਸ ਉਸਕੋ ਵਿਦਡਰਾਅ ਕਰੇ ਅਗਰ ਉਸਕੋ ਐਕਟ ਮੇ ਬਦਲਾਵ ਕੀ ਕੋਸ਼ਿਸ਼ ਕਰੇ ਤੋ ਉਸਕੋ ਬਰਖਾਸਤ ਕਰ ਦੇਣਾ ਚਾਹੀਏ ਗੋਲਡਨ ਟਾਈਮ ਹੈ ਇਨਕਾ SYL ਕਾ ਪਾਣੀ ਲੈ ਕੇ ਆਉਣਾ ਚਾਹੇ ਤੋ ਦਬਾਅ ਬਣਾ ਕਰ ਔਰ ਵਿਪਕਸ਼ ਕਾ ਨੇਤਾ ਵੀ ਬਾਦਲ ਕਾ ਪਗੜੀ ਬਦਲ ਭਾਈ ਹੈ ਔਰ ਪਕਸ਼ ਕਾ ਨੇਤਾ ਵੀ ਅਲਾਇੰਸ ਮੇ ਹੈ ਇਸਸੇ ਬੜੀਆ ਮੌਕਾ ਅਗਰ ਪ੍ਰਦੇਸ਼ ਕਾ ਹੀ ਤੇ ਦੋਨੋਂ ਪਾਰਟੀਆਂ ਚਾਹਤੀ ਹੈ ਲੋਕਦਲ ਔਰ ਬੀਜੇਪੀ SYL ਪਾਣੀ ਮੇ ਇਸਸੇ ਬਿਹਤਰ ਮੌਕਾ ਨਹੀਂ ਮਿਲਤਾ ਸਭਸੇ ਆਸਾਨ ਕਾਰ ਹੈ ਆਜ ਕੀ ਡੇਟ ਮੇ ਹਰਿਆਣਾ ਪ੍ਰਦੇਸ਼ ਕੀ ਜਨਤਾ ਕੇ ਪਾਸ ਕੇ ਨੇਤਾਓ ਨੇਤਾਓ ਕੇ ਪਾਸ ਹੈ ਕਿ ਕੇਂਦਰ ਮੇ ਸਭ ਜਗ੍ਹਾ ਗਠਬੰਧਨ ਕੀ ਸਰਕਾਰ ਬਾਦਲ ਕੇ ਸਾਥ ਚੌਟਾਲਾ ਪਰਿਵਾਰ ਕੇ ਘਨਿਸ਼ਠਤਾ ਅਗਰ ਆਜ ਵੀ ਇਹ ਲੋਕ ਪਾਣੀ ਲੈ ਕੇ ਨਹੀਂ ਆਤੇ ਹੈ ਜਿਸਕਾ ਮਤਲਬ ਸਾਫ ਹੈ ਕਿ ਇਸਕੋ ਯੇ ਮੁੱਦਾ ਬਣਾ ਕੇ ਰੱਖਣਾ ਚਾਹਤੇ ਹੈ ਪਾਣੀ ਲੈ ਕੇ ਨਹੀਂ ਆਣਾ ਚਾਹਤੇ ਰਾਜਪਾਲ ਜੀ ਕੋ ਨਿਵੇਦਨ ਕੀਆ ਹੈ ਕਿ ਪੰਜਾਬ ਸਰਕਾਰ ਜਿਸ ਪ੍ਰਕਾਰ ਕਾ ਅਧਿਨਿਯਮ ਲੈਂਡ ਐਕਵੀਜੀਸ਼ਨ ਕੋ ਡੀ ਨੋਟੀਫਾਈ ਕਰਨੇ ਕਾ SYL ਕੀ ਲੈਂਡ ਕੋ ਲਾਨੇ ਜਾ ਰਹੀ ਹੈ ਵੋ ਗੈਰ ਸੰਵਿਧਾਨਿਕ ਹੈ ਹਰਿਆਣਾ ਕੇ ਹਿਤੋਂ ਕੇ ਖਿਲਾਫ ਹੈ ਹਰਿਆਣਾ ਸੇ ਉਸਸੇ ਬਹੁਤ ਆਹਤ ਹੈ ਹਮਨੇ ਆਪਣੀ ਵੇਦਨਾ ਸੇ ਹਮਨੇ ਆਪਣੇ ਬਾਤ ਸੇ ਮਾਨਯ ਮਹਾਮਹਿਮ ਕੋ ਅਵਗਤ ਕਰਾਇਆ ਹੈ ਔਰ ਉਨਕੋ ਏਕ ਗਿਆਪਨ ਸੌਂਪਾ ਹੈ ਪਹਿਲੇ ਮੁੱਦੇ ਪਰ ਚਰਚਾ ਹੋਈ ਥੀ SYL ਮੁੱਦੇ ਪਰ ਜਿਸਕੇ ਤਹਿਤ ਸਭੀ ਨੇ ਏਕ ਮਤ ਹੋਕਰ ਕੇ ਕਹਾ ਕਿ ਇਸਕਾ ਅਭੀ ਜੈਸੇ ਮਾਨਯ ਮੁੱਖ ਮੰਤਰੀ ਔਰ ਭਾਰਤੀਯ ਜਨਤਾ ਪਾਰਟੀ ਕੇ ਸਾਂਸਦ ਔਰ ਮੰਤਰੀਗਣ ਗ੍ਰਹਿ ਮੰਤਰੀ ਸੇ ਮਿਲੇ ਅਭੀ ਸਭੀ ਦਲੋਂ ਕੇ ਸਦਸਯ ਮਾਨਯ ਗਵਰਨਰ ਸਾਹਿਬ ਸੇ ਮਿਲਨੇ ਜਾ ਰਹੇ ਔਰ ਇਸਕਾ ਵਿਰੋਧ ਦਰਜ ਕਰਾ ਰਹੇ ਹਰਿਆਣਾ ਦੀ ਲੀਡਰਸ਼ਿਪ ਵੱਲੋਂ ਪੰਜਾਬ ਸਰਕਾਰ ਦੇ ਇਸ ਕਦਮ ਨੂੰ ਗੈਰ ਸੰਵਿਧਾਨਿਕ ਦੱਸਦੇ ਹੋਏ ਗ੍ਰਹਿ ਵਿਭਾਗ ਤੇ ਪੰਜਾਬ ਹਰਿਆਣਾ ਦੇ ਰਾਜਪਾਲ ਤੱਕ ਪਹੁੰਚ ਬਣਾਈ ਜਾ ਰਹੀ ਹੈ ਅਤੇ ਪਾਣੀਆਂ ਉੱਤੇ ਹਰਿਆਣਾ ਦਾ ਹੱਕ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਹਰਿਆਣਾ ਦੀ ਹਲਚਲ ਪੰਜਾਬ ਸਰਕਾਰ ਦੇ ਕਦਮਾਂ ਨੂੰ ਰੋਕ ਸਕਦੀ ਹੈ ਜਾਂ ਨਹੀਂ ਬਿਊਰੋ ਰਿਪੋਰਟ ਗਲੋਬਲ ਪੰਜਾਬ TV